किसान यूनियन पंजाब जिंदाबाद, भारतीय किसान यूनियन पंजाब जिंदाबाद, लड़ते लोगों का एक जिंदाबाद। गुंडागर्दी नहीं चलेगी, नहीं चलेगी, नहीं चलेगी, गुंडागर्दी नहीं चलेगी, नहीं चलेगी, नहीं चलेगी। ਜੀ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ ਦਾ ਕੀ ਗੱਲਬਾਤ ਹੋਈ ਆ ਤੁਹਾਡੇ ਨਾਲ? ਇਹ ਸੀਤੋ ਮੈਂ ਝੁੱਗੀਆਂ ਦੇ ਵਿੱਚ ਇਹ ਅਧਿਕਾਰੀ ਪਹੁੰਚੇ ਸੀ, ਇਹ ਕੱਲ੍ਹ ਵੀ ਆਏ ਆ। ਇਹਨਾਂ ਦਾ ਫਰਜ਼ ਨਹੀਂ ਬਣਦਾ ਕਿਸਾਨਾਂ ਦੇ ਉੱਤੇ। ਚਲੋ ਇਹ ਵੀ ਸਾਡੇ ਕਿਸਾਨ ਭਰਾ ਵਾ। ਪਹਿਲੀ ਗੱਲ ਤਾਂ ਜਦੋਂ ਸਾਨੂੰ ਸਰਕਾਰ ਵੱਲੋਂ ਕੋਈ ਸਹੂਲਤ ਹੀ ਨਹੀਂ ਦਿੱਤੀ ਜਾਂਦੀ, ਇਹਦਾ ਹੱਲ ਹੀ ਹੋਰ ਕੋਈ ਨਹੀਂ ਗਾ। ਜਿਹੜਾ ਬੁੱਥੇ ਆ ਝੋਨੇ ਦੇ ਖੜ੍ਹੇ ਆ, ਅਸੀਂ ਕਣਕ ਬੀਜਣੀ ਆ, ਕਿਸ ਤਰੀਕੇ ਨਾਲ ਬੀਜਣੀ? ਪਹਿਲੀ ਗੱਲ ਤਾਂ ਸਾਨੂੰ ਇਹ ਮਹਿਕਮਾ ਸਮਝਾਵੇ ਕਿ ਕਿਸ ਤਰ੍ਹਾਂ ਕਣਕ ਬੀਜਣੀ। ਤੁਸੀਂ ਜ਼ਿਮੀਂਦਾਰ ਦੀ ਤਾਂ ਅੱਗੇ ਹੀ ਹਾਲਤ ਆਪਾਂ ਨੂੰ ਪਤਾ ਬਹੁਤ ਮਾੜੀ ਹੋਈ ਪਈ ਆ। ਬਾਕੀ ਸਰਕਾਰਾਂ ਸੰਦ ਦੇਣ ਅਤੇ ਸੰਦ ਇੱਕ ਬੰਦੇ ਨੂੰ ਦੇ ਕੇ ਉਹ ਆਪਦੀ ਮਰਜ਼ੀ ਕਰੀ ਜਾਂਦਾ ਵਾ, ਉਹ ਕਿਸੇ ਨੂੰ ਲਾਗੇ ਨਹੀਂ ਆਉਣ ਦਿੰਦਾ। ਮੇਰਾ ਖਿਆਲ ਸੀ ਇੱਥੇ ਕੋਟ ਬੁੱਢੇ ਸਟੈਡੀ ਦੇ ਵਿੱਚ ਸੰਦ ਆਏ ਆ ਬਲਾਕ ਵੱਲੋਂ, ਅਤੇ ਅਸੀਂ ਉਹਨਾਂ ਦੇ ਦਰਸ਼ਨ ਹੀ ਨਹੀਂ ਕੀਤੇ। ਪਤਾ ਨਹੀਂ 2 ਸਾਲਾਂ ਦੇ ਆਏ ਆ ਕਿ ਕਿਉਂ ਦੇ ਆਏ। ਪਹਿਲੀ ਗੱਲ ਤਾਂ ਕਿਸੇ ਕਿਸਾਨ ਨੂੰ ਇੱਥੇ ਇੰਨੇ ਆਪਾਂ ਕਿਸਾਨ ਖੜ੍ਹੇ ਹਾਂ, ਸਾਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਗੀ ਵੀ ਕਿਹੜੀ ਕਦੋਂ ਦੇ ਆਏ, ਕਿਹੜੀ ਸੰਨ 'ਚ ਆਏ ਆ, ਕਿਹੜੇ ਮਹੀਨੇ 'ਚ ਆਏ ਆ, ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਗੀ। ਸਾਨੂੰ ਸੰਦ ਨਹੀਂ ਮਿਲਦਾ ਅਤੇ ਅਸੀਂ ਇਹਦਾ ਹੋਰ ਕਰਾਂਗੇ ਕਿ ਇਹਨੂੰ ਸਰਕਾਰ ਚਾਹੁੰਦੀ ਆ ਇਹਨੂੰ ਕਿਸਾਨ ਝੋਨਾ ਕੱਟ ਲੈਂਦੇ ਆ, ਉਦੋਂ ਥੱਲੇ ਜਿਹੜੇ ਬੁੱਥੇ ਆ ਇਹ ਵੱਢ ਕੇ ਸਰਕਾਰ ਆਪਦੇ ਖਾਤੇ ਹੀ ਖੜ ਕੇ ਸੁੱਟੇ। ਅਸੀਂ ਇਹਨਾਂ ਬੁੱਥਿਆਂ ਨੂੰ ਕਰਨਾ ਕੀ ਆ? ਅਸੀਂ ਤਾਂ ਮਾਰੀ ਦੇ ਅੱਗ ਹੀ ਇਹਦਾ ਹੱਲ ਆ, ਹੋਰ ਇਹਦਾ ਹੱਲ ਕੋਈ ਨਹੀਂ ਗਾ। ਕਿਉਂਕਿ ਇਹਦੇ ਤੋਂ ਅੱਗੇ ਅਸੀਂ ਕਰਾਂਗੇ ਵੀ ਕੀ? ਜਿਹੜਾ ਪਿਛਲੀ ਵਾਰ ਅਸੀਂ ਇਹ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਆ, ਕਿੰਨੇ ਕਿਸਾਨ ਖੱਜਲ ਖਰਾਬ ਹੋਏ ਆ ਸਟੋਰਾਂ ਦੇ ਵਿੱਚ। ਆਮ ਲੋਕਾਂ ਨੇ ਜਿਹੜਾ ਇਹਨਾਂ ਅਧਿਕਾਰੀਆਂ ਨੇ DAP ਨੱਪ ਕੇ ਰੱਖੀ, ਉਹਨਾਂ ਮਹਿੰਗੀ ਵੇਚੀ, ਉਹ ਲੋਕੇਸ਼ਨ ਇਹਨਾਂ ਨੂੰ ਜਾਂਦੀ ਨਹੀਂ ਗੀ। ਸੰਦ ਕਿੰਨੇ ਦਿੱਤੇ ਆ, ਕਿੱਥੇ ਖੜੋਤੇ ਆ, ਉਹ ਕਿਸੇ ਨੂੰ ਲੋਕੇਸ਼ਨ ਨਹੀਂ ਗਈ ਅੱਜ ਤੱਕ ਸਾਡੇ ਕੋਲ। ਇਹ ਅੱਗ ਤੋਂ ਬਣਾਉਣ ਲਈ ਕੋਈ ਨਹੀਂ, 50-50 ਹਜ਼ਾਰ ਦੇ ਲੋਕਾਂ ਕੋਲ ਟਰੈਕਟਰ ਆਪਦਾ ਤਾਂ ਗੁਜ਼ਾਰਾ ਕਰਨ ਡਿਆ, ਉਹ ਖਿੱਚਦੇ ਆ। ਉਹਨਾਂ ਨੇ ਦੋ ਚੀਜ਼ਾਂ ਖਿੱਚਣੀਆਂ ਵਾ, ਜਾਂ ਹਾਲਾਂ 'ਤੇ ਵਾਹ ਸਕਦੇ ਹਾਂ ਆਪਾਂ ਉਹਨਾਂ 'ਤੇ, ਜਾਂ ਤਵੀਆਂ 'ਤੇ ਵਾਹ ਸਕਦੇ ਹਾਂ, ਅਤੇ ਤੀਜਾ ਨੰਬਰ ਸੁਹਾਗਾ। ਇਹਦੇ ਤੋਂ ਇਲਾਵਾ ਹੱਲ ਕੋਈ ਨਹੀਂ ਗਾ। ਜਿਹੜਾ 50-60 ਹਜ਼ਾਰ ਦਾ ਟਰੈਕਟਰ ਆ ਕਿਸਾਨ ਆਪਦਾ ਰੁਜ਼ਗਾਰ ਚਲਾਉਣ ਡਿਆ ਵਾ, ਉਹ 15 ਲੱਖ ਦਾ ਸੰਦ ਲਿਆਊਗਾ? ਨਾ ਉਹਦੇ ਕੋਲ 15 ਲੱਖ ਹੋਵੇ, ਨਾ ਉਹਨੂੰ ਸਰਕਾਰ ਦੇਵੇ, ਅਤੇ ਨਾ ਉਹ ਪੈਲੀ ਵਾਹਵੇ ਆਪਦੀ। ਇਹਦਾ ਮਤਲਬ ਆ ਇਹ ਸਰਕਾਰ ਸਾਨੂੰ ਜਿਹੜਾ ਵਾ ਸਾਡੀਆਂ ਪੈਲੀਆਂ ਬੰਜਰ ਕਰਨ ਨੂੰ ਫਿਰਦੀ ਆ, ਜਿਹੜੀਆਂ ਨੀਤੀਆਂ 'ਤੇ ਆਈ ਖੜੀ ਸਰਕਾਰ। ਇਹੋ ਜਿਹਾ ਕੰਮ ਅਸੀਂ ਕਿਤੇ ਵੀ ਨਹੀਂ ਹੋਣ ਦੇਵਾਂਗੇ। ਇਹਦੇ ਨਾਲੋਂ ਤਾਂ ਅਸੀਂ ਸਾਡੀ ਜ਼ਿੰਦਗੀ ਨਾ ਵੀ ਰਹੂਗੀ ਅਤੇ ਤਾਂ ਵੀ ਚੰਗਾ ਹੈ, ਕਿਉਂ ਸਾਡੀਆਂ ਮਾਲਕੀਆਂ ਜ਼ਮੀਨਾਂ 'ਤੇ ਉਹਨਾਂ 'ਤੇ ਵੀ ਸਾਨੂੰ ਇਹ ਹੱਕ ਨਹੀਂ ਸਾਡਾ ਰਹਿਣ ਦਿੰਦੇ, ਅਤੇ ਇਹਦੇ ਨਾਲ ਤਾਂ ਮਰੇ ਚੰਗੇ ਅਸੀਂ। ਇਹ ਸਰਕਾਰਾਂ ਨੂੰ ਲੋਕ ਰਾਜਗੱਦੀਆਂ 'ਤੇ ਪਾਉਂਦੇ ਆ, ਹਾਲਾਂਕਿ ਜੇ MLA ਬਣਦਾ ਵਾ ਇਹਨਾਂ ਇਹ ਪਬਲਿਕ ਤੋਂ ਬਣਦਾ ਵਾ, ਜੇ MP ਬਣਦਾ ਵਾ ਇਹ ਪਬਲਿਕ ਤੋਂ ਬਣਦਾ, ਮੰਤਰੀ ਬਣਦਾ ਪਬਲਿਕ ਤੋਂ ਬਣਦਾ, ਵਿਧਾਨ ਸਭਾ ਦੇ ਵਿੱਚ ਘੱਲਦੇ ਹਾਂ ਅਸੀਂ ਇਸ ਕੰਮ ਨੂੰ ਘੱਲਦੇ ਵੀ ਸਾਡੇ ਉੱਤੇ ਜਾ ਕੇ ਵਾਰ ਕਰੋ ਤੁਸੀਂ। ਅਸੀਂ ਇਹ ਸਰਕਾਰਾਂ ਨੂੰ ਇਹ ਚੇਤਾਵਨੀ ਦਿੰਦੇ ਹਾਂ ਕਿ ਸਾਨੂੰ ਮਰਨਾ ਵੀ ਪਿਆ ਅਤੇ ਅਸੀਂ ਮਰਾਂਗੇ, ਇਹੋ ਜਿਹਾ ਕੰਮ ਅਸੀਂ ਆਪਦੇ ਕਿਸਾਨ ਭਰਾ ਦੇ ਨਾਲ ਕਿਸੇ ਦੇ ਨਾਲ ਨਹੀਂ ਹੋਣ ਦੇਵਾਂਗੇ। ਇਹ ਨਹੀਂ ਗਾ ਸੀਤੋਂ ਮੈਂ ਝੁੱਗੀਆਂ 'ਚ ਅਸੀਂ ਆਪਦੇ ਬਲਾਕ ਦੇ ਵਿੱਚ ਕਿਤੇ ਵੀ ਇਹ ਕੰਮ ਨਹੀਂ ਹੋਣ ਦੇਵਾਂਗੇ ਪੰਜਾਬ ਦੇ ਵਿੱਚ, ਜਿਹੜਾ ਆਹ ਸਾਡੇ 'ਤੇ ਉਲਟਾ ਜਿਹੜਾ ਕੰਮ ਕੀਤਾ ਜਾਂਦਾ ਵੀ ਕਿਸਾਨ ਦੇ ਉੱਤੇ ਜਾ ਕੇ ਪਰਚਾ ਕਰੋ। ਉਹਨਾਂ 'ਤੇ ਪਰਚਾ ਕਿਉਂ ਨਹੀਂ ਹੁੰਦਾ ਜਿਹੜੇ DAP ਨੱਪ ਕੇ ਰੱਖਦੇ ਆ? ਉਹਨਾਂ 'ਤੇ ਪਰਚਾ ਕਿਉਂ ਨਹੀਂ ਹੁੰਦਾ ਜਿਹੜੇ ਇਹਦੇ ਸਰਕਾਰ ਦੇ ਮੁੱਲ ਤੋਂ ਦੂਣਾ ਮੁੱਲ ਲੈਂਦੇ ਸਾਡੇ ਤੋਂ? ਜਦੋਂ ਸਾਨੂੰ ਆਖਦੇ ਤਾਂ ਖਾਦ ਨਹੀਂ ਮਿਲਣੀ ਜੀ, ਸੋ ਕਿਸਾਨ 'ਤੇ ਕੰਬ ਜਾਂਦਾ ਵੀ ਮੇਰੀ ਖਾਦ ਨਾ ਮੈਨੂੰ ਮਿਲੀ ਅਤੇ ਜਿਹੜੀ ਮੇਰੀ ਕਣਕ ਰਹਿ ਜੂਗੀ ਬੀਜਣ ਤੋਂ, ਮੈਂ ਕਿੱਧਰ ਜਾਊਂ? ਉਹਨੂੰ 2000 ਨੂੰ ਵੀ ਬੋਰੀ ਲੈਣੀ ਪਵੇ ਤਾਂ ਉਹ ਲੈਂਦਾ ਵਾ। ਪਿਛਲੀ ਵਾਰ ਜੇ ਫਸਲ ਦਾ 20 ਰੁਪਈਏ ਰੇਟ 50 ਵਧਾਉਂਦੇ ਆ ਅਤੇ ਸਾਡੇ ਤਾਂ ਕੁਇੰਟਲ ਦਾ ਵਾਧਾ ਵਾ 20 ਰੁਪਈਏ, ਉੱਧਰ 50 ਕਿਲੋ ਦਾ ਵਾਧਾ ਵਾ। 50 ਕਿਲੋ ਦੀ ਬੋਰੀ ਤੋਂ 45 ਕਿਲੋ 'ਤੇ ਲੈਂਦੀ ਹੈ ਨਾ, 45 ਦਾ ਰੇਟ ਵੇਖ ਲਓ ਕਿੱਧਰ ਨੂੰ ਜਾਂਦਾ ਵਾ, ਜੋੜ ਕੇ ਵੇਖੋ ਵੀ ਕੁਇੰਟਲ ਦੇ ਨਾਲ ਉਹਨੂੰ ਲਾ ਕੇ ਵੇਖੋ ਉਹ ਚਲੇ ਕਿੱਥੇ ਜਾਂਦੀ ਆ। ਹੁਣ DAP ਜਿਹੜੀ 500 ਤੋਂ ਚੱਲੀ, ਅੱਜ ਉਹ 1300-1400 ਰੁਪਈਏ 'ਤੇ ਚਲੇਗੀ ਆ, ਕਿਉਂਕਿ ਉਹ ਸਰਕਾਰ ਦੇ ਨਾਲ ਮਿਲੇ ਜੁੜੇ ਲੋਕ ਹੁੰਦੇ ਆ, ਉਹ ਸਰਕਾਰ ਨੂੰ ਆਮਦਨ ਜਾਂਦੀ ਆ। ਇਹ ਜੇ ਸਾਡਾ ਕੋਈ ਹੱਲ ਨਹੀਂ ਨਾ ਸਰਕਾਰ ਕਰ ਸਕਦੀ, ਸਾਡੇ ਉੱਤੇ ਅਧਿਕਾਰੀਆਂ ਨੂੰ ਨਾ ਘੱਲੇ, ਇਹ ਵੀ ਸਾਡੇ ਭਰਾ ਵਾ
ਸਾਡਾ ਕੋਈ ਸਾਡੀ ਮਜਬੂਰੀ ਹੈ ਜਿਹੜਾ ਅਸੀਂ ਰੋਕਣਾ। ਇਹ ਸਾਡੇ ਕੋਲ ਬੈਠੇ ਰਹੇ ਆ, ਅਸੀਂ ਇਹਨਾਂ ਨੂੰ ਚਾਹ ਪਾਣੀ ਪਿਆਇਆ, ਪਰ ਕਿਉਂਕਿ ਜਿਹੜਾ ਕੰਮ ਬਣਨ ਡਿਆ ਵਾ ਇਹ ਹੁਣ ਭਰਾ ਵਾ, ਅਸੀਂ ਕਰੀਏ ਕੀ, ਇਹਨਾਂ ਨਾਲ ਕਿਸ ਤਰ੍ਹਾਂ ਲੜੀਏ ਅਸੀਂ। ਪਰ ਲੜਨਾ ਪੈਂਦਾ ਸਾਨੂੰ, ਜਿਹੜਾ ਸਾਡੇ 'ਤੇ ਵਧੀਕੀ ਹੁੰਦੀ ਆ, ਇਹੋ ਜਿਹੀ ਵਧੀਕੀ ਅਸੀਂ ਪੂਰੇ ਪੰਜਾਬ ਦੇ ਵਿੱਚ ਨਹੀਂ ਹੋਣ ਦੇਵਾਂਗੇ। ਸਾਡੇ ਕਿਸਾਨ ਭਰਾ ਜਿਹੜੇ ਉਹ ਜਾਗ ਚੁੱਕੇ ਆ, ਜੋ ਇਹ ਸਰਕਾਰਾਂ ਕਰਦੀਆਂ ਵਾ, ਕੀ ਕਰਨ ਡਈਆਂ ਵਾ ਅਤੇ ਕੀ ਇਹਨਾਂ ਕਰਨਾ ਵਾ, ਬਿਲਕੁਲੋਂ ਅਸੀਂ ਜਾਗ ਚੁੱਕੇ ਹਾਂ। ਇਹੋ ਜਿਹਾ ਕੰਮ ਅਸੀਂ ਜਿਹੜਾ ਇਹਨਾਂ ਕੀਤਾ ਇਹੋ ਜਿਹਾ ਨਹੀਂ ਹੋਣ ਦੇਵਾਂਗੇ। ਕਿਸਾਨ ਦਾ ਤਾਂ ਹੱਲ ਹੀ ਆ, ਇਹਨਾਂ ਕੁਛ ਕਹਿੰਦਾ ਆਖੇ ਮਾਤਾ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਚਮਕੌਰ ਸਿੰਘ ਜੈਲਦਾਰ, ਜ਼ਿਲ੍ਹਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਪੰਜਾਬ। ਕੀ ਗੱਲਬਾਤ ਹੋਈ ਹੈ ਜੀ ਇੱਥੇ ਖੜਿਆ? ਇੱਥੇ ਬਲਾ ਅਧਿਕਾਰੀ ਆਏ ਸਨ, ਕੱਲ੍ਹ ਵੀ ਕੋਈ ਵੀਡੀਓ ਵਾਡੀਓ ਇੱਥੇ ਬਣਾਉਂਦੇ ਗਏ। ਕੱਲ੍ਹ ਸਾਡੇ ਭਰਾਵਾਂ ਨੇ ਸਾਡੇ ਨਾਲ ਸਹਿਯੋਗ ਕੀਤਾ, ਥੋੜ੍ਹਾ ਜਿਹਾ ਲੇਟ ਹੋ ਚੁੱਕੇ, ਇਹ ਵੀ ਨਿਕਲ ਗਏ। ਅੱਜ ਤੜਕ ਸਾਰੇ ਫਿਰ ਮਹਿਕਮੇ ਨੂੰ ਨਾਲ ਲੈ ਕੇ, ਮਹਿਕਮੇ ਦੀ ਸ਼ਹਿ 'ਤੇ ਫਿਰ ਇਹ ਫਿਰ ਅੱਜ ਇੱਥੇ ਆਏ। ਅਸੀਂ ਸਾਰਿਆਂ ਭਰਾਵਾਂ ਨੇ ਇਕੱਠੇ ਹੋ ਕੇ, ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਇਕੱਠੇ ਹੋ ਕੇ ਇਹਨਾਂ ਨਾਲ ਗੱਲ ਕੀਤੀ ਵੀ ਭਾਈ ਕਿਹੜੀ ਗੱਲੋਂ ਤੁਸੀਂ ਕਰਦੇ ਫਿਰਦੇ ਜੇ ਇਹ ਕੰਮ। ਕਹਿੰਦੇ ਸਾਡੀ ਸਰਕਾਰ ਨੇ ਡਿਊਟੀ ਲਾਈ ਆ। ਐਂ ਕਿਹਾ ਚਲੋ ਚੰਗੀ ਗੱਲ ਹੈ, ਡਿਊਟੀਆਂ ਲਾਉਣੀਆਂ ਚਾਹੀਦੀਆਂ, ਸਰਕਾਰ ਜ਼ਿੰਮੇਵਾਰ ਬਣਦੀ ਹੈ, ਚਾਹੀਦੀਆਂ ਵੀ ਆ, ਪਰ ਜ਼ਿੰਮੇਵਾਰੀ ਇਹ ਵੀ ਨਿਭਾਓ, ਨਾਲ ਸਾਨੂੰ ਇੱਥੇ ਸੰਦ ਲਿਆਣ ਕੇ ਦਿਓ। ਇਹ ਜਿਹੜੇ ਅੱਗ ਲਾਉਣਾ ਵਾ ਇਹ ਮਜਬੂਰੀ ਆ ਕਿਸਾਨ ਦੀ, ਇਹ ਦੂਰ ਹੋ ਜਾਵੇ। ਜਿੱਥੇ ਸੰਦ ਆਏ ਆ ਪਿੰਡਾਂ 'ਚ, ਪੰਜਾਬ ਸਰਕਾਰ ਕਹਿੰਦੀ ਅਸੀਂ ਆਹ ਕਰਾਉਣ ਡੇ ਹਾਂ ਉਹ ਕਰਾਉਣ ਡੇ ਹਾਂ, ਉੱਥੇ ਸੰਦ ਵੀ ਤਾਂ ਦਿੱਤੇ ਆ ਨਾ, ਉਹ ਸਾਨੂੰ ਵਿਖਾਓ, ਅਸੀਂ ਇਹਨਾਂ ਨੂੰ ਅੱਗ ਲਵਾਉਣੇ ਬੰਦ ਕਰਾਂਗੇ। ਅੱਗ ਦਾ ਜ਼ਰੂਰੀ ਹੈ ਕੋਈ, ਪਰ ਕੋਈ ਨਾ ਕੋਈ ਹੱਲ ਉਹਦਾ ਕੋਈ ਕੱਢੋ ਕਿ ਅੱਗ ਤੋਂ ਬਿਨਾਂ ਹੋਰ ਕੀ ਕਰੇ ਜ਼ਿਮੀਂਦਾਰ, ਕਿੱਧਰ ਨੂੰ ਜਾਵੇ। ਇਹ ਮਜਬੂਰੀ ਆ, ਕੋਈ ਅੱਗ ਚਾਣਾ ਨਹੀਂ ਲਾਉਂਦਾ, ਕਿਹਦਾ ਜੀ ਨਹੀਂ ਕਰਦਾ। ਉਹ ਆਹ ਕਾਰਨ ਬਣਿਆ ਜੀ ਅੱਜ ਇਹਨਾਂ ਨੂੰ, ਅਫਸਰਾਂ ਨੂੰ ਅਸੀਂ ਮਤਲਬ ਰੋਕ ਕੇ ਰੱਖਿਆ, ਵੀ ਬਾਕੀ ਅਫਸਰਾਂ ਨੂੰ ਵੀ ਸੱਦਿਆ, ਹੋਰਾਂ ਨੇ ਤਾਂ ਸਾਰਿਆਂ ਨੇ ਹੱਥ ਖੜੇ ਕਰਤੇ, ਪਰ ਜੋ ਵੀ ਮੁਲਾਜ਼ਮ ਹੈਗੇ ਸੀ ਇਹ ਆਉਂਦੇ ਵੀ ਅਸੀਂ ਕੋਈ ਕਾਰਵਾਈ ਨਹੀਂ ਕਰਦੇ, ਅਸੀਂ ਗਲਤੀ ਮੰਨਦੇ ਹਾਂ ਇਸ ਚੀਜ਼ ਦੀ ਜਿਹੜੇ ਆਏ। ਅੱਗੇ ਕੀ ਪੋਸਟ ਕੀ ਆਪਣੀ? ਮੈਂ ਜੀ SDM ਦਫ਼ਤਰ ਵੱਲੋਂ ਨੋਡਲ ਅਫਸਰ ਦੀ ਡਿਊਟੀ ਲੱਗੀ ਹੈ ਜੀ। ਕਿਹੜੇ ਮਹਿਕਮੇ 'ਚ? ਸਾਡਾ ਤਾਂ ਜੀ ਫੋਰੈਸਟ ਹੈ ਜੀ, ਅਤੇ ਇਹ ਆ ਵੀ ਮੈਂ ਚਲੋ ਆਪ ਜੀ ਨੂੰ ਵਿਸ਼ਵਾਸ ਦਿਵਾਉਣਾ ਵੀ ਮੇਰੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਊਗੀ, ਬਾਕੀ ਜੋ ਵੀ ਆ ਉੱਚ ਅਫਸਰਾਂ ਦਾ ਤਾਂ ਮੈਂ ਕੁਛ ਕਹਿ ਨਹੀਂ ਸਕਦਾ, ਬਾਕੀ ਮੇਰੇ ਵੱਲੋਂ ਕੋਈ ਕਾਰਵਾਈ ਨਹੀਂ। ਜਿਸ ਤਰ੍ਹਾਂ ਕਿ ਤੁਹਾਨੂੰ ਵੇਖ ਕੇ ਇਹਨਾਂ ਨੇ ਤੁਹਾਡੇ ਨਾਅਰੇਬਾਜ਼ੀ ਕੀਤੀ ਆ, ਇਹਨਾਂ 'ਤੇ ਕੀ ਤੁਸੀਂ, ਤੁਹਾਨੂੰ ਇੱਥੇ ਭੇਜਿਆ ਕਿੰਨੇ ਸੀਗੇ, ਇਸ ਤਰ੍ਹਾਂ ਕਿ ਨਾਲ ਨੂੰ ਅੱਗ ਲੱਗੀ ਆ? ਸਾਨੂੰ ਤਾਂ SDM ਦਫ਼ਤਰ ਵੱਲੋਂ ਡਿਊਟੀ ਲੱਗੀ ਹੈ ਸਾਨੂੰ। ਹਾਂਜੀ, ਇਹਨਾਂ ਤੁਹਾਡੇ ਵੱਲ ਨਾਅਰੇਬਾਜ਼ੀ ਕੀਤੀ ਆ, ਜਿਸ ਤਰ੍ਹਾਂ ਕਿ ਤੁਹਾਨੂੰ ਇੱਥੇ ਬਿਠਾ ਛੱਡਿਆ, ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਉਹ ਤਾਂ ਇਹਨਾਂ ਦਾ ਬਣਦਾ, ਇਹਨਾਂ ਦਾ ਜੋ ਵੀ ਇਹਨਾਂ ਕਰਨਾ ਵਾ, ਬਾਕੀ ਜੋ ਸਾਡੀ ਡਿਊਟੀ ਸੀ ਸਰਕਾਰ ਵੱਲੋਂ ਲਾਈ ਗਈ, ਅਸੀਂ ਤਾਂ ਆਪਣੀ ਡਿਊਟੀ ਕੀਤੀ ਹੈ। ਕੀ ਵਿਸ਼ਵਾਸ ਦਵਾਇਆ ਤੁਸੀਂ ਇਹਨਾਂ ਨੂੰ? ਵਿਸ਼ਵਾਸ ਹੈ ਵੀ ਚਲੋ ਮੇਰੇ ਵੱਲੋਂ ਕੋਈ ਕਾਰਵਾਈ ਨਹੀਂ ਹੋਊਗੀ, ਬਾਕੀ ਜੋ ਸਰਕਾਰ ਕਰੇ ਉਹਦੇ ਮੈਂ ਕੁਛ ਕਹਿ ਨਹੀਂ ਸਕਦਾ। ਕਿੰਨਾ ਦੇ ਨਾਂ ਇਹ? ਨਾਂ ਨਹੀਂ ਕੋਈ ਆਇਆ ਕੋਈ ਵਿੱਚ, ਨਾਂ ਨਹੀਂ। ਤੁਸੀਂ ਕਿਸ ਤਰ੍ਹਾਂ ਫਿਰ ਆ ਗਏ ਇੱਥੇ? ਕਿੰਨਾ ਦਾ ਨਾਮ ਮਤਲਬ ਕਿੱਦਾਂ? ਜਿਨ੍ਹਾਂ 'ਤੇ ਤੁਸੀਂ ਗ੍ਰਹਿ ਵਿਖੇ ਇੱਥੇ ਆਏ ਜੋ? ਨਹੀਂ ਗ੍ਰਹਿ ਵਿਖੇ ਨਹੀਂ, ਅਸੀਂ ਤਾਂ ਆਪਣੇ ਜਿੱਥੇ ਸਾਨੂੰ ਲੋਕੇਸ਼ਨ ਆਈ ਸੀਗੀ। ਹਾਂਜੀ, ਅਸੀਂ ਤਾਂ ਲੋਕੇਸ਼ਨ ਚੈੱਕ ਕਰਨਾ ਆਏ ਸੀਗੇ। ਕਿੰਨੇ ਆਣੇ ਦੀ ਲੋਕੇਸ਼ਨ ਜਿਹੜੀ ਆਈ ਸੀ ਤੁਹਾਨੂੰ? ਦੋ ਲੋਕੇਸ਼ਨ ਆਈਆਂ। ਕਿੰਨਾ ਕਿੰਨਾ ਦੇ ਕੀ ਨਾਂ ਉਹਨਾਂ ਦੇ? ਨਾਂ ਬਾਈ ਨੇਮ ਨਹੀਂ ਆਉਂਦੀ। ਹਾਂਜੀ, ਉਸ ਤੋਂ ਬਾਅਦ ਗਿਆ? ਉਸ ਤੋਂ ਬਾਅਦ ਸਾਨੂੰ ਕਿਸਾਨ ਯੂਨੀਅਨ ਵਾਲਾ ਘੇਰ ਲਿਆ ਵੀ ਅਸੀਂ ਨਹੀਂ ਤੁਹਾਨੂੰ ਇਹ ਕਰਨ ਦੇਣਾ। ਹੁਣ ਭਰੋਸਾ ਕੀ ਦਿੱਤਾ ਤੁਸੀਂ? ਮੈਂ ਭਰੋਸਾ ਦੇਣਾ ਵੀ ਮੇਰੇ ਵੱਲੋਂ ਕੋਈ ਕਾਰਵਾਈ ਨਹੀਂ ਹੋਊਗੀ, ਬਾਕੀ ਜੋ ਸਰਕਾਰ ਚਾਹੇ ਉਹ ਸਰਕਾਰ ਕਰ ਸਕਦੀ, ਮੇਰੇ ਵੱਲੋਂ ਕੋਈ। ਕਿੰਨੇ ਦੇ ਮਹਿਕਮੇ ਦੇ ਅਧਿਕਾਰੀ ਇੱਥੇ ਪਹੁੰਚੇ ਸੀ ਤੁਹਾਡੇ ਨਾਲ? ਅਸੀਂ ਦੋ ਜਣੇ। ਕੀ ਨਾਂ ਉਹਨਾਂ ਦੇ? ਗੁਰਚੇਤ, ਉਹ ਦੂਜਾ ਗੁਰਚੇਤ ਅਤੇ ਬਲਵਿੰਦਰ।